ਪੰਜਾਬ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ। ਬਲਵੀਰ ਸਿੰਘ ਸਿੱਧੂ। ਸੂਬੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਸਿਹਤ ਵਿਭਾਗ ਵੱਲੋਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਅਕਤੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਸ਼ੱਕੀ ਮਰੀਜ਼ਾਂ ਦੀ ਜਾਂਚ ਤੋਂ ਬਾਅਦ ਉਹਨਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਇਹ ਗੱਲ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖੀ। ਉਹ ਸਥਾਨਕ ਫੇਸ 7 ਵਿੱਚ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਰਜਿਸਟਰਡ ਵੱਲੋਂ ਕਰਵਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਸਥਾਨਕ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਸਰਦਾਰ ਸਿੱਧੂ ਨੇ ਕਿਹਾ ਕਿ ਜੇਕਰ ਬਿਜ਼ਨਸਮੈਨ ਜਾਂ ਹੋਰ ਸਾਰੇ ਬੰਦੇ ਰਲ ਮਿਲ ਕੇ ਇਸ ਤਰ੍ਹਾਂ ਸੋਸਾਇਟੀ 'ਚ ਆਪਣੀ ਕੰਟਰੀਬਿਊਸ਼ਨ ਦੇਣਗੇ ਤਾਂ ਸੋਸਾਇਟੀ ਤਰੱਕੀ ਕਰੂਗੀ। ਠੀਕ ਹੈ ਨਾ। ਅੱਜ ਬੜੀ ਜ਼ਰੂਰਤ ਹੈ ਇਸ ਗੱਲ ਦੀ ਕਿ ਅਸੀਂ ਜਿੰਨੀ ਅਵੇਅਰਨੈਸ ਵੱਧ ਕਰਾਂਗੇ ਉਨੇ ਵੱਧ ਲੋਕਾਂ ਨੂੰ ਫਾਇਦਾ ਹੋਊਗਾ। ਅੱਜ ਤੁਸੀਂ ਜਿਸ ਤਰੀਕੇ ਨਾਲ ਕੋਈ ਐਕਸੀਡੈਂਟ ਹੁੰਦਾ ਜਾਂ ਹੋਰ ਹੁੰਦਾ ਉਸ ਵੇਲੇ ਪਤਾ ਬਲੱਡ ਦੀ ਅਹਿਮੀਅਤ ਕੀ ਹੈ। ਠੀਕ ਹੈ ਨਾ। ਇਸ ਕਰਕੇ ਇਹਨਾਂ ਨੇ ਅੱਛਾ ਕੰਮ ਕੀਤਾ। ਮੈਂ ਇਹਨਾਂ ਨੂੰ ਵਧਾਈ ਦਿੰਦਾ ਸਾਰਿਆਂ ਨੂੰ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਰਹਿਣ। ਜਿਸ ਤਰ੍ਹਾਂ ਲੌਂਗੋਵਾਲ ਬੱਸ ਦੇ ਵਿੱਚ ਹਾਦਸਾ ਹੋਇਆ ਉਸ ਨੂੰ ਲੈ ਕੇ ਦੇਖਿਆ ਗਿਆ ਬੜੀ ਅਣਗਹਿਲੀਆਂ ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਵੀ ਬੱਸਾਂ ਦੇ ਵਿੱਚ ਬੜੀ ਅਣਗਹਿਲੀ ਵਰਤੀ ਜਾ ਰਹੀ। ਅੱਜ ਵੀ ਮਤਲਬ ਲਗਾਤਾਰ ਜਿਹੜੇ ਚਲਾਨ ਕੱਟ ਕੇ ਪਤਾ ਲੱਗਿਆ ਕਿ ਵੱਡੀ ਜਿਹੜੀ ਅਣਗਹਿਲੀ ਜਿਹੜੀ ਸਕੂਲਾਂ ਵੱਲੋਂ ਵਰਤੀ ਜਾ ਰਹੀ ਹੈ, ਕੀ ਲੱਗਦਾ ਪ੍ਰਸ਼ਾਸਨ ਨੂੰ? ਦੇਖੋ, ਮੈਂ ਇਸ ਗੱਲ ਦੇ ਬਿਲਕੁਲ ਸਹਿਮਤ ਹੈ ਕਿ ਸਕੂਲਾਂ ਵਾਲੇ ਧਾਈਆਂ ਉਡਾਉਂਦੇ ਨੇ, ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ, ਉਹਨਾਂ ਨੂੰ ਬਕਾਇਦਾ ਜਿਹੜਾ ਉਹਦੇ ਉਹ ਹਾਦਸਾ ਹੋਇਆ ਇੱਕ ਇੰਨਾ ਦੁਖਦਾਈ ਹਾਦਸਾ ਕਿ ਮੈਨੂੰ ਤਾਂ ਮੈਂ ਉਹਨਾਂ ਦਾ ਮਿੰਟ ਮਿੰਟ 'ਤੇ ਮੇਰੇ ਕੋਲ ਖਬਰ ਸੀ ਅਤੇ ਜਦੋਂ 11 ਵਜੇ ਰਾਤ ਨੂੰ ਜਾ ਕੇ ਉਹਦੇ ਪੋਸਟਮਾਰਟਮ ਹੋਏ ਨੇ ਬੱਚਿਆਂ ਦੇ, 3 ਪਰਿਵਾਰ ਬਰਬਾਦ ਹੋ ਗਏ। ਪਹਿਲੀ ਗੱਲ ਤਾਂ ਜਿਹੜੀ ਗੱਡੀ ਵੀ ਉਹ ਸਕੂਲ ਵਾਲੇ ਲੈਂਦੇ ਨੇ ਉਹਦਾ ਮਾਡਲ, ਉਹਦਾ ਬ੍ਰੈਂਡ, ਉਹਦੀ ਜਿਹੜੀ ਫਿਟਨੈਸ ਜਿਹੜੀ ਹੈਗੀ ਆ ਉਹ ਹਰ ਮੰਥ ਚੈੱਕ ਹੋਣੀ ਚਾਹੀਦੀ, ਨਾ ਕਿ ਸਾਲ ਬਾਅਦ। ਔਰ ਦੂਜੀ ਗੱਲ, ਗੱਡੀ ਕੋਈ ਵੀ ਜਦੋਂ ਉਹ ਨਵੀਂ ਗੱਡੀ ਐਡ ਕਰਦੇ ਆ ਉਹ ਪਹਿਲਾਂ ਸਰਕਾਰ ਕੋਲੋਂ ਬਕਾਇਦਾ ਉਹਨੂੰ ਅਪਰੂਵ ਕਰਾਉਣ, ਉਸ ਤੋਂ ਬਾਅਦ ਉਹਨੂੰ ਜਾ ਕੇ ਯੂਟੀਲਾਈਜ਼ ਕਰਨ। ਹੁਣ ਇੱਕ ਦਿਨ ਪਹਿਲਾਂ ਕਹਿੰਦੇ ਉਹਨੇ ਬੈਨ ਪਰਚੇਜ ਕੀਤੀ ਸੀ ਅਤੇ ਉਹ ਜੋ ਗੈਸ ਸਿਲੰਡਰ ਵਾਲਾ, ਜਿੰਨੇ ਬੰਦੇ ਦੇਖੋ ਅੱਜ ਅਸੀਂ ਆਪਣੀ ਮੌਤ ਨਾਲ ਲੈ ਘੁੰਮ ਰਹੇ ਹਾਂ, ਜਦੋਂ CNG ਆ ਗਈ ਹੈ ਅਤੇ ਅਸੀਂ ਕਿਉਂ LPG ਯੂਜ ਕਰਦੇ ਹਾਂ? ਔਰ ਪਹਿਲੀ ਗੱਲ, ਪੈਟਰੋਲ ਦੀ ਗੱਡੀ ਹੈ ਜਿਹੜੀ ਉਹਦੇ ਜਿਹੜੇ ਫਿਊਲ ਨਾਲ ਚੱਲਣੀ ਉਹੀ ਹੋਣਾ ਚਾਹੀਦਾ, ਨਾ ਕਿ ਤੁਸੀਂ ਐਕਸਟਰਾ ਜੁਗਾੜ ਬਣਾਇਆ। ਔਰ ਅੱਜ ਵੈਸੇ ਉਹਦੇ ਬੜਾ ਅੱਛਾ ਕੰਮ ਹੋਇਆ ਕਿ ਪ੍ਰਿੰਸੀਪਲ ਨੂੰ ਅਤੇ ਪਲੱਸ ਉਹ ਡਰਾਈਵਰ ਨੂੰ ਅਤੇ ਉਸ ਜਿਹੜਾ ਉਹਦਾ ਮਾਲਕ ਸੀਗਾ ਉਹਦਾ, ਉਹਨੂੰ ਸਾਰਿਆਂ ਨੂੰ ਬੁੱਕ ਕੀਤਾ ਗਿਆ ਔਰ ਮਰਡਰ ਦੇ ਉਸ 'ਤੇ ਕੀਤਾ ਗਿਆ। ਪੰਜਾਬ ਬਿਲਕੁਲ ਠੀਕ ਹੈ ਜੀ, ਕੋਈ ਦਿੱਕਤ ਨਹੀਂ। ਪੰਜਾਬ ਜਿੰਨੇ ਬੰਦੇ ਬਾਹਰੋਂ ਲੈਂਡ ਕਰਦੇ ਨੇ ਚਾਹੇ ਉਹ ਏਅਰਪੋਰਟ 'ਤੇ ਕਰਦੇ ਨੇ, ਚਾਹੇ ਦਿੱਲੀ ਰਾਹੀਂ ਆਉਂਦੇ ਨੇ, ਚਾਹੇ ਅੰਮ੍ਰਿਤਸਰ ਰਾਹੀਂ, ਚਾਹੇ ਮੋਹਾਲੀ ਲਈ ਆਉਂਦੇ ਨੇ, ਚਾਹੇ ਵਾਹਗਾ ਬਾਰਡਰ ਤੋਂ, ਚਾਹੇ ਅਟਾਰੀ ਬਾਰਡਰ ਤੋਂ, ਚਾਹੇ ਡੇਰਾ ਬਾਬਾ ਨਾਨਕ ਤੋਂ, ਉਹਨਾਂ ਸਾਰਿਆਂ ਦਾ ਪ੍ਰੋਪਰ ਜਿਹੜਾ ਹਰ ਸਮੇਂ ਹਰ ਰੋਜ਼ ਟੈਸਟ ਹੋ ਰਹੇ ਨੇ ਅਤੇ ਪ੍ਰਮਾਤਮਾ ਦੀ ਕਿਰਪਾ, ਹਾਲ ਤੱਕ ਜਿੰਨੇ ਵੀ ਆਪਾਂ ਟੈਸਟ ਭੇਜੇ ਨੇ ਜਾਂ ਸਸਪੈਕਟਡ ਸੀਗੇ ਉਹ ਸਾਰੇ ਨੈਗੇਟਿਵ ਪਾਏ ਗਏ। ਥੈਂਕ ਯੂ ਭਾਅ ਜੀ। ਮੋਹਾਲੀ ਤੋਂ RP ਵਾਲੀਆ ਅਤੇ ਰਾਜਕੁਮਾਰ ਅਰੋੜਾ ਦੀ ਰਿਪੋਰਟ।